ਬੀਤੇ ਦਿਨੀ ਗੁਰਦਾਸਪੁਰ ਦੇ ਪਿੰਡ ਨੰਗਲ ਨਮੀਨ ਵਿਖੇ ਉਸ ਸਮੇਂ ਸਨਸਨੀ ਫੈਲ ਗਈ ਸੀ ਜਦੋਂ ਸਕੂਲ ਜਾਂਦੇ ਦੋ ਬੱਚਿਆਂ ਨੂੰ ਉਸਦੀ ਮਾਂ ਨਾਲ ਕੁੱਟਮਾਰ ਕਰਕੇ ਅਗਵਾ ਕਰ ਲਿਆ ਗਿਆ ਸੀ। ਦਰਅਸਲ ਸੰਦੀਪ ਕੌਰ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਲਈ ਜਾ ਰਹੀ ਸੀ। ਰਸਤੇ ਵਿੱਚ ਉਹਨਾਂ ਨੂੰ ਇਨੋਵਾ ਗੱਡੀ ਘੇਰਦੀ ਹੈ ਤੇ ਕੁਝ ਕੁ ਅਣਪਛਾਤੇ ਨੌਜਵਾਨਾਂ ਵੱਲੋਂ ਬੱਚਿਆਂ ਦੀ ਮਾਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਬੱਚੇ ਅਗਵਾ ਕਰ ਲਏ ਜਾਂਦੇ ਨੇ। ਵਾਰਦਾਤ ਤੋਂ ਬਾਅਦ ਬੱਚਿਆਂ ਦੀ ਮਾਂ ਨੇ ਆਪਣੇ ਹੀ ਪਤੀ ਤੇ ਇਲਜ਼ਾਮ ਲਗਾਏ ਸੀ। ਦੱਸ ਦਈਏ ਕਿ ਤਕਰੀਬਨ 11 ਸਾਲ ਪਹਿਲਾਂ ਸੰਦੀਪ ਕੌਰ ਦਾ ਵਿਆਹ ਪਿੰਡ ਜੱਸੜ ਦੇ ਰਹਿਣ ਵਾਲੇ ਮਲਕੀਤ ਸਿੰਘ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਹੀ ਦੋਨਾਂ ਵਿੱਚ ਅਣਬਣ ਹੋ ਗਈ ਸੀ, ਜਿਸ ਕਾਰਨ ਸੰਦੀਪ ਕੌਰ ਆਪਣੇ ਬੱਚਿਆਂ ਦੇ ਨਾਲ ਆਪਣੇ ਪੇਕੇ ਹੀ ਰਹਿੰਦੀ ਸੀ। ਇਸ ਝਗੜੇ ਦੌਰਾਨ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਸੰਦੀਪ ਕੌਰ ਵੱਲੋਂ ਆਪਣੇ ਹੀ ਪਤੀ ਤੇ ਦੋਸ਼ ਲਗਾਉਣ ਤੋਂ ਬਾਅਦ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਦੋਨੋਂ ਹੀ ਬੱਚੇ ਮਲਕੀਤ ਸਿੰਘ ਦੇ ਘਰੋਂ ਮਿਲੇ, ਜਿਸ ਤੋਂ ਬਾਅਦ ਬੱਚਿਆਂ ਨੂੰ ਬਰਾਮਦ ਕਰ ਸੰਦੀਪ ਕੌਰ ਦੇ ਹਵਾਲੇ ਕਰ ਦਿੱਤਾ ਗਿਆ। ਦੱਸ ਦਈਏ ਕਿ ਹੁਣ ਦੋਨੋਂ ਹੀ ਬੱਚੇ ਸਹੀ ਸਲਾਮਤ ਸੰਦੀਪ ਕੌਰ ਦੇ ਕੋਲ ਹੀ ਹਨ। ਸਵੇਰੇ 8 ਵਜੇ ਪਬਲਿਕ ਨੇ ਫੋਨ ਤੇ ਤਲਾਹ ਦਿੱਤੀ ਸੀ ਕਿ ਪਿੰਡ ਚਾਵਾ ਦੇ ਲਾਗੋਂ ਕੁਛ ਅਣਪਛਾਤੇ ਬੰਦੇ ਇੱਕ ਇਨੋਵਾ ਗੱਡੀ ਵਿੱਚ ਦੋ ਸਕੂਲ ਜਾਂਦੇ ਬੱਚੇ ਇੱਕ ਔਰਤ ਕੋਲੋਂ ਖੋਹ ਕੇ ਗੁਰਦਾਸਪੁਰ ਸਾਈਡ ਨੂੰ ਫਰਾਰ ਹੋ ਗਿਆ। ਇਸ ਘਟਨਾ ਤੋਂ ਬਾਅਦ ਤੁਰੰਤ ਮੌਕਾ ਤੇ ਪਹੁੰਚੇ ਸੀ ਤੇ ਕੰਟਰੋਲ ਰੂਮ ਦੇ ਰਾਹੀਂ ਅਸੀਂ ਇਲਾਕੇ ਵਿੱਚ ਦੇ ਨੇੜਲੇ ਜ਼ਿਲ੍ਹਿਆਂ ਵਿੱਚ ਨਾਕਾਬੰਦੀ ਕਰਵਾਈ ਸੀ ਗੱਡੀ ਦੀ ਭਾਲ ਕਰਨ ਵਾਸਤੇ। ਗੱਡੀ ਦਾ ਪਤਾ ਲੱਗਾ ਸੀ ਇਨੋਵਾ ਗੱਡੀ ਸਿਲਵਰ ਕਲਰ ਆ। ਉਸ ਦੇ ਬਾਅਦ ਜਦੋਂ ਅਸੀਂ ਟੈਕਨੀਕਲ ਆਧਾਰ ਤੇ ਤਫਤੀਸ਼ ਕੀਤੀ ਤਾਂ ਕੁਝ ਘੰਟਿਆਂ ਦੀ ਤਫਤੀਸ਼ ਤੋਂ ਬਾਅਦ ਸਾਡੇ ਸਾਹਮਣੇ ਆਇਆ ਕਿ ਇਸ ਘਰ ਵੇਲੇ ਦਾ ਆਪਣੇ ਪਤੀ ਦੇ ਨਾਲ ਡਿਸਪਿਊਟ ਆ ਤੇ ਉਹਦਾ ਹੀ ਬੱਚੇ ਲਿਜਾਣ ਦੇ ਵਿੱਚ ਜਿਹੜਾ ਹੱਥ ਹੈਗਾ। ਫਿਰ ਵੱਖ ਵੱਖ ਟੀਮਾਂ ਬਣਾ ਕੇ ਅਸੀਂ ਉਹਦਾ ਪਿੰਡ ਜੱਸੜ ਥਾਣਾ ਰਮਦਾਸ ਦੇ ਏਰੀਏ ਵਿੱਚ ਗਏ ਔਰ ਨਾਲ ਉਹ ਆਪਣੇ ਘਰ ਵੀ ਨਹੀਂ ਸੀ ਪਹਿਲਾਂ ਹੈਗਾ, ਫਿਰ ਨਾਲ ਲੱਗਦੇ ਪਿੰਡਾਂ ਵਿੱਚ ਉਹਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਅਸੀਂ ਉਹਦੀ ਜਿਹੜੀ ਆ ਟੈਕਨੀਕਲ ਇਨਵੈਸਟੀਗੇਸ਼ਨ ਦੇ ਆਧਾਰ ਤੇ ਕਾਲ ਆ ਉਹਦੀ ਲੋਕੇਸ਼ਨ ਲੈ ਕੇ ਤੇ ਉਹਦਾ ਪਿੱਛਾ ਕੀਤਾ। ਜਿਹੜਾ ਸ਼ਾਮਾਂ ਦੇ ਲੇਟ ਆਵਰ ਬੱਚੇ ਜਿਹੜੇ ਆ ਉਹ ਸਾਨੂੰ ਮਿਲ ਗਏ ਤੇ ਅਸੀਂ ਇਹਦੇ ਵਿੱਚ ਬੱਚੇ ਬਰਾਮਦ ਕਰਕੇ ਉਹ ਲਿਆ ਕੇ ਲੇਡੀ ਦੇ ਹਵਾਲੇ ਕਰ ਦਿੱਤੇ ਆ ਤੇ ਉਹਦੇ ਘਰ ਵਾਲੇ ਮਲਕੀਤ ਸਿੰਘ ਨੂੰ ਵਿੱਚ ਗ੍ਰਿਫਤਾਰ ਕਰ ਲਿਆ। ਬਾਕੀ 3 ਦੋਸ਼ੀ ਉਹਦੇ ਹੋਰ ਆ, ਉਹਨਾਂ ਦੀ ਅਸੀਂ ਭਾਲ ਕਰ ਰਹੇ ਹਾਂ, ਉਹਨਾਂ ਵਾਸਤੇ ਛਾਪੇਮਾਰੀ ਕਰਨ ਟੀਮਾਂ ਭੇਜ ਕੁੱਲ 4 ਬੰਦਿਆਂ 'ਤੇ। ਹਾਂ ਬਿਲਕੁਲ, ਜ਼ਬਰਦਸਤੀ ਲੈ ਕੇ ਗਏ ਜੀ, ਦਹਿਸ਼ਤ ਫੈਲਾ ਕੇ ਲੈ ਕੇ ਗਏ ਆ ਔਰ ਇਸ ਗੱਲ ਦੀ ਇਲਾਕੇ ਵਿੱਚ ਬਹੁਤ ਦਹਿਸ਼ਤ ਸੀ ਕਿ ਬੱਚੇ ਚੁੱਕਣ ਵਾਲਾ ਗਰੋਹ ਜਿਹੜਾ ਦਾਖਲ ਹੋ ਗਿਆ ਔਰ ਬੱਚੇ ਚੁੱਕ ਕੇ ਲੈ ਗਿਆ। ਗੁਰਦਾਸਪੁਰ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ।